ਅਸੀਂ ਮੋਬਾਈਲ ਸਮਾਰਟ ਫੋਨ ਦੇਵਾਂਗੇ ਕਿੰਨੇ ਕੁ ਦੇ ਪਏ ਜਨਤਾ ਇਹ ਅਵਲੋਕਨ ਕਰੇਗੀ ਇਵੈਲੂਏਟ ਕਰੇਗੀ ਕਿ ਵੀ ਉਹਨਾਂ ਨੇ ਕਿੰਨਾ ਸੱਚ ਬੋਲਿਆ ਅਤੇ ਕਿੰਨਾ ਝੂਠ ਬੋਲਿਆ ਨਾਲੀਆਂ ਸੜਕਾਂ ਇਹ ਐਮ ਸੀਆਂ ਦੇ ਕੰਮ ਨੇ ਇਹ ਐਮ ਐਲ ਏ ਦੇ ਕੰਮ ਨਹੀਂ ਹੈ ਪਰ ਅੱਜ ਇਹ ਸਾਰੀਆਂ ਸੜਕਾਂ ਗਲੀਆਂ ਨਾਲੀਆਂ ਟਿਊਬਵੈੱਲ ਕਮਿਊਨਿਟੀ ਹਾਲ ਬਣਾ ਕੇ ਅਤੇ ਕਹਿਣਾ ਕਿ ਵੀ ਇਹ ਮੈਂ ਐਮ ਐਲ ਏ ਦਾ ਇਸੇ ਸ਼੍ਰੇਅ ਲਵਾਂ ਅਤੇ ਉਸ ਵੇਲੇ ਜਿਸਲੇ ਵੋਟਾਂ ਲਈਆਂ ਸੀ ਵੋਟਾਂ ਇਹ ਕਹਿ ਕੇ ਨਹੀਂ ਸੀ ਲਈਆਂ ਵੋਟਾਂ ਤਾਂ ਇਹ ਕਹਿ ਕੇ ਲਈਆਂ ਸੀ ਕਿ ਮੈਂ ਰੁਜ਼ਗਾਰ ਇੱਥੇ ਦੇਵਾਂਗਾ ਕੰਮ ਸ਼ਾਮ ਤਾਂ ਹੋਏ ਨਹੀਂ ਇਲੈਕਸ਼ਨਾਂ ਦੌਰਾਨ ਹੀ ਜਿਲ੍ਹੇ ਕੋਈ ਵੀ ਪਾਰਟੀ ਆਏ ਇਲੈਕਸ਼ਨਾਂ ਦੌਰਾਨ ਹੀ ਕੰਮ ਹੁੰਦੇ ਆ ਸਰਕਾਰ ਪਠਾਨਕੋਟ ਦੇ ਵਿੱਚ ਜਾਂ ਪੂਰੇ ਪੰਜਾਬ 'ਚ ਰਹੀ ਹੈ ਅਤੇ ਤੁਸੀਂ ਆਪ ਆਪਣਾ ਦੇਖ ਹੀ ਲਿਆ ਕੋਈ ਡਿਵੈਲਪਮੈਂਟ ਨਹੀਂ ਹੈ ਅੱਜ ਤੱਕ 70-75 ਸਾਲ ਹੋ ਗਏ ਹਾਲੇ ਤੱਕ ਆਪਾਂ ਸੜਕਾਂ ਨਾਲੀਆਂ ਵਾਲੇ ਚੱਕਰਾਂ 'ਚ ਹੀ ਫਸੇ ਦੇ ਆ ਉੱਤੋਂ ਨਹੀਂ ਬਾਹਰ ਆਇਆ ਜਾਣ ਡੇ ਅਤੇ ਅੱਗੇ ਤੁਸੀਂ ਡਿਵੈਲਪਮੈਂਟ ਦਾ ਕੀ ਅਹਿਸਾਸ ਕਰੋਗੇ ਕੋਈ ਡਿਵੈਲਪਮੈਂਟ ਨਹੀਂ ਹੈ ਜ਼ੀਰੋ ਵਰਕ ਹੈ ਨਮਸਕਾਰ ਤੁਸੀਂ ਦੇਖ ਰਹੇ ਹੋ ਟੂਡੇ ਹੈਡਲਾਈਨਸ ਮੈਂ ਹਾਂ ਨਿਸ਼ਾ ਪ੍ਰਭਾ ਅਤੇ ਸਭ ਤੋਂ ਪਹਿਲਾਂ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤਿਉਹਾਰ ਅਸੀਂ ਇੱਦਾਂ ਹੀ ਮਨਾਉਂਦੇ ਰਹੀਏ ਉਤਸ਼ਾਹ ਦੇ ਨਾਲ ਅਤੇ ਲੋਹੜੀ ਦੇ ਨਾਲ ਨਾਲ ਪਤੰਗਬਾਜ਼ੀ ਦਾ ਅੱਜ ਦੌਰ ਚੱਲ ਰਿਹਾ ਪਠਾਨਕੋਟ ਦੇ ਵਿੱਚ ਅਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਪਤੰਗਾਂ ਇਸ ਵੇਲੇ ਆਸਮਾਨ ਦੇ ਵਿੱਚ ਨੇ ਲੇਕਿਨ ਅੱਜ ਜਿਸ ਮੁੱਦੇ 'ਤੇ ਅਸੀਂ ਇਸ ਪਠਾਨਕੋਟ ਦੇ ਇਸ ਬਾਜ਼ਾਰ ਦੇ ਵਿੱਚ ਖੜ੍ਹੇ ਹਾਂ ਉਹ ਮੁੱਦਾ ਹੈ ਕਿ ਇਸ ਚੁਣਾਵ ਦੇ ਵਿੱਚ ਵਿਧਾਨ ਸਭਾ ਚੋਣਾਂ ਜਿਹੜੀਆਂ 2022 ਹੋਣ ਵਾਲੀਆਂ ਨੇ ਇਲੈਕਸ਼ਨ ਦੀ ਜਿਹੜੀ ਤਰੀਕ ਹੈ ਉਹ ਤੈਅ ਹੋ ਚੁੱਕੀ ਹੈ ਕਿਹੜੀ ਪਾਰਟੀ ਹੈ ਜਿਹਦੀ ਪਤੰਗ ਇਸ ਚੁਣਾਵ ਦੇ ਦੌਰਾਨ ਕੱਟੀ ਜਾਵੇਗੀ ਅਤੇ ਕਿਹਦੀ ਗੁੱਡੀ ਬੋ ਅਤੇ ਕਿਹਦੀ ਗੁੱਡੀ ਜਿਹੜੀ ਹੈ ਉਹ ਆਸਮਾਨੀ ਚੜ੍ਹੇਗੀ ਬਸ ਇਸੇ ਹੀ ਮੁੱਦੇ 'ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸ਼ਹਿਰ ਦੇ ਕੁਛ ਲੋਕਾਂ ਦੇ ਨਾਲ ਜਾਣਾਂਗੇ ਕਿ ਕੀ ਹਾਲ ਚਾਲ ਨੇ ਔਰ ਕੀ ਇਸ ਵੇਲੇ ਹਵਾ ਜਿਹੜੀ ਹੈ ਉਹਦਾ ਰੁੱਖ ਕਿਸ ਤਰ੍ਹਾਂ ਹੈ ਅਤੇ ਨਮਸਕਾਰ ਤੁਹਾਡਾ ਨਾਮ ਅਨਿਲ ਮਹਾਜਨ ਚੇਅਰਮੈਨ ਪਠਾਨਕੋਟ ਵਪਾਰ ਜੀ ਅਨਿਲ ਤੁਸੀਂ ਤੁਹਾਡੇ ਮੁਤਾਬਿਕ ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਜਿੱਦਾਂ ਅਸੀਂ ਦੇਖ ਰਹੇ ਹਾਂ ਬਹੁਤ ਸਾਰੀਆਂ ਪਤੰਗਾਂ ਆਸਮਾਨ 'ਚ ਨੇ ਕਿਹੜੀ ਪਾਰਟੀ ਹੈ ਜਿਹੜੀ ਇਸ ਵਾਰ ਇਸ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਸ ਪਾਰਟੀ ਦਾ ਜਿਹੜੀ ਪਤੰਗ ਹੈ ਉਹ ਉੱਚੀ ਉੱਡੇਗੀ ਇਹ ਤਾਂ ਜੀ ਹੁਣ ਜਨਤਾ ਹੀ ਦੱਸ ਪਾਏਗੀ ਸਾਰੀ ਰਲ ਮਿਲ ਕੇ ਇੱਕ ਅਗਾਂਹ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਨਤਾ ਹੀ ਜਨਾਰਦਨ ਹੈ ਉਹ ਕਿਸ ਵੱਲ ਚਲੇਗੀ ਮੈਨੂੰ ਜੋ ਲੱਗ ਰਿਹਾ ਕਿ ਪਿਛਲੀ ਵਾਰ ਜਿਹੜਾ ਇੱਕ ਭੁਲੇਖਾ ਜਨਤਾ ਨੂੰ ਪਾਇਆ ਸੀ ਹਰ ਚੌਂਕ 'ਚ ਹਰ ਚੌਰਾਹੇ ਦੇ ਵਿੱਚ ਟੇਬਲ ਲਾ ਕੇ ਅਤੇ ਲੋਕਾਂ ਦੇ ਨਾਂ ਰਜਿਸਟਰ ਕੀਤੇ ਸੀ ਕਿ ਹਰ ਘਰ 'ਚ ਰੁਜ਼ਗਾਰ ਦੇਵਾਂਗੇ ਅਸੀਂ ਮੋਬਾਈਲ ਸਮਾਰਟ ਫੋਨ ਦੇਵਾਂਗੇ ਕਿੰਨੇ ਕੁ ਦੇ ਪਏ ਜਨਤਾ ਇਹ ਅਵਲੋਕਨ ਕਰੇਗੀ ਇਵੈਲੂਏਟ ਕਰੇਗੀ ਕਿ ਵੀ ਉਹਨਾਂ ਨੇ ਕਿੰਨਾ ਸੱਚ ਬੋਲਿਆ ਅਤੇ ਕਿੰਨਾ ਝੂਠ ਬੋਲਿਆ ਕੁੱਲ ਜਨਤਾ ਕੁੱਲ ਦੁਨੀਆ ਜਾਣਦੀ ਹੈ ਕਿ ਕਿਸੇ ਘਰ ਨੌਕਰੀ ਨਹੀਂ ਮਿਲੀ ਕਿਸੇ ਨੂੰ ਸਮਾਰਟ ਫੋਨ ਨਹੀਂ ਮਿਲਿਆ ਉਸ ਵੇਲੇ ਸਾਡੇ ਇੱਥੋਂ ਦੇ ਮਾਨਯੋਗ ਐੱਮ ਐੱਲ ਏ ਸਾਹਿਬ ਜਿਹੜੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਐੱਮ ਐੱਲ ਏ ਦਾ ਕੰਮ ਹੁੰਦਾ ਸ਼ਹਿਰ 'ਚ ਰੁਜ਼ਗਾਰ ਲਿਆਉਣਾ ਵੱਡੀ ਇੰਡਸਟਰੀ ਲਿਆਉਣੀ ਗਲੀਆਂ ਨਾਲੀਆਂ ਸੜਕਾਂ ਇਹ ਐੱਮ ਸੀਆਂ ਦੇ ਕੰਮ ਨੇ ਇਹ ਐੱਮ ਐੱਲ ਏ ਦੇ ਕੰਮ ਨਹੀਂ ਹੈ ਪਰ ਅੱਜ ਇਹ ਸਾਰੀਆਂ ਸੜਕਾਂ ਗਲੀਆਂ ਨਾਲੀਆਂ ਟਿਊਬਵੈੱਲ ਕਮਿਊਨਿਟੀ ਹਾਲ ਬਣਾ ਕੇ ਅਤੇ ਕਹਿਣਾ ਕਿ ਵੀ ਇਹ ਮੈਂ ਐੱਮ ਐੱਲ ਏ ਦਾ ਇਸੇ ਸ਼੍ਰੇਅ ਲਵਾਂ ਅਤੇ ਉਸ ਵੇਲੇ ਜਿਸਲੇ ਵੋਟਾਂ ਲਈਆਂ ਸੀ ਵੋਟਾਂ ਇਹ ਕਹਿ ਕੇ ਨਹੀਂ ਸੀ ਲਈਆਂ ਵੋਟਾਂ ਤਾਂ ਇਹ ਕਹਿ ਕੇ ਲਈਆਂ ਸੀ ਕਿ ਮੈਂ ਰੁਜ਼ਗਾਰ ਇੱਥੇ ਦੇਵਾਂਗਾ ਔਰ ਰੁਜ਼ਗਾਰ ਦੇ ਨਾਂ 'ਤੇ ਜਿਹੜੀ ਇੱਕ ਇੱਥੇ ਫੈਕਟਰੀ ਲਾਈ ਹੈ ਇਹਨਾਂ ਨੇ ਕੋਲਡ ਡਰਿੰਕ ਦੀ ਹੁਣ ਉਸ ਫੈਕਟਰੀ ਦੇ ਵੀ ਕਈ ਕੁਐਸਚਨ ਮਾਰਕ ਆਉਂਦੇ ਪਏ ਨਾ ਕਿ ਪਠਾਨਕੋਟ ਨੂੰ ਕਿੰਨਾ ਕੁ ਰੁਜ਼ਗਾਰ ਮਿਲਿਆ ਇਸ ਕਾਰਨ ਇਹ ਅਵਲੋਕਨ ਹੈ ਹੁਣ ਆਪ ਵਾਲੇ ਲੱਗੇ ਦੇ ਨੇ ਚੌਂਕ ਚੌਂਕ 'ਚ ਘਰ ਘਰ ਜਾ ਕੇ ਆਪਣੇ ਨਾਂ ਲਿਖਾਓ ਤੁਹਾਨੂੰ ਰੁਜ਼ਗਾਰ ਦੇਵਾਂਗੇ ਔਰ ਇਹ ਝੂਠ ਜਿਹੜਾ ਨਾ ਜੀ ਇਹ ਜ਼ਿਆਦਾ ਦੇਰ ਚੱਲਣ ਵਾਲਾ ਨਹੀਂ ਹੈ ਇਲੈਕਸ਼ਨ 'ਚ ਖਲੋ ਕੇ ਕਹਿਣਾ ਕਿ ਪਿਛਲੀ ਵਾਰ ਤੁਸੀਂ ਮੈਨੂੰ ਵੋਟਾਂ ਪਾਈਆਂ ਸੀ ਅਤੇ ਮੈਂ ਤੁਹਾਡੇ ਘਰਾਂ ਤੱਕ ਨਲਕੇ ਪਜਾਏ ਹੁਣ ਚਾਹੁੰਦੇ ਹੋ ਨਲਕਿਆਂ 'ਚ ਪਾਣੀ ਆਏ ਅਤੇ ਇਸ ਵਾਰ ਫਿਰ ਸਾਨੂੰ ਵੋਟਾਂ ਪਾਓ ਜਨਤਾ ਭੁਲੇਖੇ 'ਚ ਆਉਣ ਵਾਲੀ ਨਹੀਂ ਹੈ ਡੋਰ ਜਿਹੜੀ ਹੈ ਉਹ ਜਨਤਾ ਦੇ ਹੱਥ 'ਚ ਤੁਸੀਂ ਇਹ ਕਹਿਣਾ ਚਾਹੁੰਦੇ ਜਨਤਾ ਦੇ ਹੱਥ ਡੋਰ ਹੈ ਅਤੇ ਇਹ ਜਨਤਾ ਨੇ ਗੁੱਡੀ ਵਧਾਈ ਦੀ ਹੈ ਅਤੇ ਜਨਤਾ ਨੇ ਲਵਾਉਣੀ ਹੈ ਉਹਦੀ ਗੁੱਡੀ ਕਿਹਨੂੰ ਖਿੱਚੀ ਵੱਜਣੀ ਹੈ ਕਿਹਦਾ ਪੇਚਾ ਵੱਜਣਾ ਇਹ ਹੁਣ ਜਨਤਾ ਹੀ ਜਾਣੇ ਜਨਤਾ ਨੇ ਜਿਸ ਨੂੰ ਚੜ੍ਹਾਲਣਾ ਪਰ ਸੱਚ ਬੋਲਣ ਵਾਲਾ ਬੰਦਾ ਟਿਕੇਗਾ ਜਿਹੜਾ ਜਨਤਾ ਦੇ ਨਾਲ ਸੱਚੀ ਟਿਕੇਗਾ ਉਹੀ ਆ ਕੇ ਅੱਗੇ ਟਿਕੇਗਾ ਆਪਾਂ ਦੇ ਗੁੱਡੀ ਅਸਮਾਨੀ ਉਹੀ ਚੜ੍ਹੇਗੀ ਜਿਹੜਾ ਕਿ ਕੰਮ ਕਰਵਾਏਗਾ ਕਿਉਂਕਿ ਗੱਲਾਂ ਬਾਤਾਂ ਨਾਲ ਤੇ ਬਹੁਤ ਜਿਹੜੀ ਹੈ ਉਹ ਗੱਲਬਾਤ ਹੋ ਚੁੱਕੀ ਹੈ ਪਿਛਲੇ 5 ਸਾਲ ਇਹੀ ਚੱਲਿਆ ਤੁਹਾਡੇ ਮੁਤਾਬਿਕ ਇਸ ਵੇਲੇ ਕਿਹੜੇ ਕਿਹੜੇ ਮੁੱਦੇ ਤੁਸੀਂ ਕਾਫੀ ਸਾਰੇ ਮੁੱਦੇ ਗਿਣਾਏ ਨੇ ਇਸ ਤੋਂ ਇਲਾਵਾ ਤੁਸੀਂ ਕੀ ਮੰਨਦੇ ਹੋ ਕਿ ਦੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਪਠਾਨਕੋਟ ਨੂੰ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰਤ ਪਠਾਨਕੋਟ ਅਸਲ ਦੇ ਵਿੱਚ
एक ट्रेडिंग वाला शहर है। पठानकोट नू इस वेले सच दे विच रुजगार की जरूरत है। कोविड की महामारी दे विच कारोबार अगे तबाह हो चुके ने इत्थों दे। इस तरीके का कोई आए जिहड़ा इस शहर के विकास दे विच एक प्लानिंग करे कि इत्थों दे कारोबार नू किदां वधाया जा सकदा है। छोटी छोटी इंडस्ट्री इत्थे आए। पठानकोट शहर आले दुआले दीआं स्टेटां दा एक गेटवे है। इत्थे मैडिकल हब बने, मैडिकल फैसिलिटीज़ जिदा प्राइवेट है सरकारी फैसिलिटीज़ आन इत्थे मैडिकल हब बने, लोगों नू उत्थे फैसिलिटी मिले। लोग लुट्टी जा रहे हैं, लटोई जा रहे हैं। अनिल जी, पिछले तीन टर्म्स की जो गल करिए, तुहानू लगता है कि कोई इहो जिहा काम हो सकिया जिहड़ा पठानकोट दे बैटर पिछले तीन टर्म्स दा? मैं पिछली टर्म्स दे विच अश्विनी जी उन्होंने विकास के बहुत ज़्यादा काम करवाए। एक लैंडमार्क खड़ा किया इत्थे, एक इत्थे सैक्रेट बनिया। ए मेरे पिछे वाल्मीकि चौंक दे विच इन्होंने ये बनाइया, शॉपिंग कंपलैक्स बनाए, गौरमेंट स्कूल, स्टेडियम, गौरमेंट कॉलेज स्टेडियम, बड़ा कुछ इन्होंने इत्थे किया। पर की कारण रहे होणगे, जनता ने चैक किया तो उन्होंने दोबारा नहीं मौका दिता। मेरा कहना वै कि भी जिहड़ा सच दे विच जनता दे वास्ते काम करेगा तो जनता दे नाल रहेगा, उहदे सुख दुख च नाल खलोवेगा, जनता उहदे नाल खलोएगी खलोएगी, ते जनता उहदे नाल ही खलोएगी, नहीं ते गुड्डी बो। तो चलते हाँ, आप दर्शकों के नाल गल करांगे अपने व्यूअर्स नाल, होर लोगों नाल शहर के जिहड़े कि इस वक्त मन्नदे ने कि केड़े केड़े काम पठानकोट दे विच हाले होना जरूरी ने, नहीं हो पाए। गलबात जारी रखांगे, कुछ होर लोगों नाल गलबात करना जारी रखांगे। नाम दसो जी। मेरा जी रोहित सेठी है जी। रोहित जी, इस वेले जिसका असी अज जिहड़ा साडा मुद्दा है कि आसमान दे विच पतंगा उड़ रही ने, किसी की गुड्डी बो तो किसी की जड़ी आसमानी चढ़ रही है, तो उन्हें की लगता है इस इलैक्शन दे विच, इस विधानसभा चोणां दे विच कि पार्टी है जिहदी गुड्डी चढ़ेगी? वह तो मैम श्रोमणी अकाली दल की गुड्डी चढ़ेगी इस बार। तो की कारण मानते हो? जो उन्होंने पुराने टाइम च अपने 10 साल के कारगुजार च जिन्हें मतलब डिवेलपमेंट की, कोई तीन काम इस तरह के दसना चाहोगे जिहड़े श्रोमणी अकाली दल का तुसीं मानते हो कि श्रेय जांदा? हाँ, जिहड़ी डिवेलपमेंट उन्होंने की जिदा कि सड़कां कीतियां, तो आटा दाल स्कीम जी उन्हों की चलती रही, जो तो हूँ बंद हो गई। जेडे नीले कार्ड बने दे सी, वो भी लोगों के इस वेले मतलब कट्टे गए थे, जी मौजूदा हालात सरकार के है। प्लस मतलब जो जो उन्होंने बिजनेसमैन मतलब उन्होंने नीतियाँ रही हैं, उन्होंने करके इस वेले श्रोमणी अकाली दल की सरकार बनेगी। श्रोमणी अकाली दल में हमेशा ही जिदा बीजेपी के नाल गठबंधन रहा है तो सपोर्ट जो मिलता रहा है, तुहानू की लगता है कि इस बार जिस तरह वो बसपा के सपोर्ट के विच ने, जां फायदा उन्होंने मिलेगा या नुकसान होगा? बसपा का मैम फायदा हमेशा मिलेगा, क्योंकि BSP का काफ़ी अच्छा वोट बैंक रहा। बेशक सीटा नहीं आती रही हैं, एक या दो सीटा काफ़ी पिछले 10 साल पहले आती रही हैं, बट उन्हों का वोट बैंक अज भी हैगा। तो जिहड़ा 5-6% वोट बैंक उन्हों का पंजाब दे विच है, उहदा हमेशा बेनीफिट श्रोमणी अकाली दल नूं मिलेगा ही मिलेगा। क्या तुहानूं लगता है कि श्रोमणी अकाली दल नूं एक कॉन्फिडेंस की थोड़ी कमी रही है कि उन्होंने ये सोचा कि कल्ले शायद असीं चुनाव जड़े आ जित नहीं पावांगे? मैम कॉन्फिडेंस की कोई कमी नहीं सी, बट है कि यह टीम वर्क है लोगों के, मतलब जब तक टीम नहीं होएगी, हुण तुसीं अपने महल्ले च जिवें रहिंदे हो, तुसीं कल्ले तो कुछ कर नहीं पाओगे। जब तक आले दुआले तुहाडे आस पास के आस पड़ोसी जब तक तुहाडे साथ नहीं होणगे, तुसीं किदों काम कर सकदे हो? इसलिए उन्होंने मतलब सहयोग लिता। पठानकोट का जिहड़ा पिछला टेन्योर रहा है, पिछली सरकार जिहड़ी रही है पठानकोट दे विच, उहदे तुसीं उहनां दी गुड्डी चढ़ी है जां बो होई है, किस तरह की कहोगे? जिहड़ी ते मैम पिछली सरकार पठानकोट दे विच जां पूरे पंजाब च रही है, तो तुसीं आप अपना देख ही लिया, कोई डिवेलपमेंट नहीं है। अज तक 70-75 साल हो गया, हाले तक आपां सड़कां नालियां वाले चक्करां च ही फसे दे आ, उत्तों नहीं बाहर आया जाण दे, ते अगे तुसीं डिवेलपमेंट दा की एहसास करोगे? कोई डिवेलपमेंट नहीं है, जीरो वर्क है। इहनां दे मुताबिक श्रोमणी अकाली दल इस बार जिहड़ा है आसमानी गुड्डी चढ़ा सकदा है। थैंक यू। ते पतंगबाजी का दौर जिहड़ा है चल रहा पठानकोट दे विच, ते नाल ही नाल साडे सवालां दा दौर भी लगातार जारी है। एक होर व्यूअर साडे नाल ने, पठानकोट दे निवासी नागरिक साडे नाल ने, तुहानू की लगता है इस बार के चुनाव के विच किहदी गुड्डी बो होनी है ते किहदी गुड्डी आसमानी चढ़नी है, किहड़ी पार्टी? देखो जी, पार्टी कांग्रेस की इत्थे बड़ी अच्छी पार्टी है और वर्क भी बड़ा किया इन्होंने, लेकिन इन्होंने आपसी फुट की वजह करके शायद एक्की बार टिकट भी ना लैन देन, ते अगर वो पार्टी आती है बाई द वे तो फिर तो कांग्रेस की
ਹਵਾ ਜਿਹੜੀ ਹੈ ਅੱਛੀ ਹੈ। ਕਾਂਗਰਸ ਦੀ ਹਵਾ ਤੁਹਾਨੂੰ ਲੱਗਦਾ ਅੱਛੀ ਹੈ? ਪਿਛਲਾ ਜਿਹੜਾ ਕੰਮ ਤੁਸੀਂ ਟੈਨਿਓਰ ਦੇਖਦੇ ਹੋ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਵਧੀਆ ਕੰਮ ਕੀਤਾ? ਹਾਂ, ਇਸ ਬੰਦੇ ਨੇ ਕਾਂਗਰਸ ਦਾ ਜਿਹੜੇ ਇੱਥੇ ਅਮਿਤ ਵਿਜੇ ਹੋਏ ਨੇ ਉਹਨਾਂ ਨੇ ਅੱਛਾ ਵਰਕ ਕੀਤਾ ਤੇ ਅਸੀਂ ਤੇ ਕਹਿੰਦੇ ਆ ਕਿ ਕਾਂਗਰਸ ਦੀ ਪਾਰਟੀ ਜਿਹੜੀ ਹੈ। ਕੋਈ ਦੋ ਪ੍ਰੋਜੈਕਟ ਤੁਸੀਂ ਗਿਣਾ ਸਕਦੇ ਹੋ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਪਠਾਨਕੋਟ ਦੇ ਲਈ ਬਹੁਤ ਅੱਛੇ? ਦੇਖੋ ਸਾਡੇ ਹੈ ਨੀਅਰ ਹੋਣਾ ਹੀ ਹੈ ਸਬਜ਼ੀ ਮੰਡੀ ਇੱਥੇ, ਤੇ ਸਬਜ਼ੀ ਮੰਡੀ ਦੇ ਵਿੱਚ ਉਹਨਾਂ ਨੇ ਸ਼ੈੱਡਾਂ ਬਣਾਈਆਂ ਨੇ, ਹੋਰ ਵੀ ਕਾਫੀ ਸੜਕਾਂ ਦਾ ਉਹਨਾਂ ਨੇ ਵਿਕਾਸ ਕੀਤਾ। ਵੈਸੇ ਵੀ ਬੇਸਿਕਲੀ ਵੀ ਉਹ ਬੰਦਾ ਬੜਾ ਅੱਛਾ ਹੈ, ਵਰਕ ਕਰਦਾ ਪਿਆ ਕਿ ਕੋਈ ਵੀ ਅਗਰ ਬੰਦਾ ਜਾਂਦਾ ਤੇ ਉਹਦੀ ਉਹ ਗੱਲ ਸੁਣਦਾ। ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਪਸੀ ਫੁੱਟ ਹੈ, ਤੁਹਾਨੂੰ ਕੀ ਲੱਗਦਾ ਨੁਕਸਾਨ ਕਾਂਗਰਸ ਨੂੰ ਝੱਲਣਾ ਪਵੇਗਾ? ਬਿਲਕੁਲ, ਆਪਸੀ ਫੁੱਟ ਦੀ ਵਜ੍ਹਾ ਕਰਕੇ ਨੁਕਸਾਨ ਤੇ ਹੋਏਗਾ ਹੀ, ਤੇ ਉਹਦਾ ਕੋਈ ਹੋਰ ਵੀ ਪਾਰਟੀ ਜਿਹੜੀ ਹੈ ਉਹਦਾ ਲਾਭ ਲੈ ਸਕਦੀ ਹੈ। ਜੇ ਕੋਈ ਹੋਰ ਕੈਂਡੀਡੇਟ ਅੱਗੇ ਆਉਂਦਾ ਜਿਹਨੂੰ ਟਿਕਟ ਕਿਸੇ ਹੋਰ ਨੂੰ ਮਿਲਦੀ ਹੈ ਤੇ ਤੁਹਾਨੂੰ ਲੱਗਦਾ ਕਿ ਕਾਂਗਰਸ ਦੁਬਾਰਾ ਤੋਂ ਆਪਣੀ ਗੁੱਡੀ ਚੜਾ ਸਕੇਗੀ? ਸਮਝਾਣੀ ਦੁਬਾਰਾ ਇੱਕ ਵਾਰੀ, ਕੈਂਡੀਡੇਟ ਜਿਹੜਾ ਜੇ ਕਿਸੇ ਹੋਰ ਨੂੰ ਟਿਕਟ ਮਿਲਦੀ ਹੈ, ਜਿਹੜੇ ਨਿਵਰਤਮਾਨ ਸਾਡੇ ਵਿਧਾਇਕ ਨੇ ਉਹਨਾਂ ਨੂੰ ਟਿਕਟ ਨਹੀਂ ਮਿਲਦੀ, ਕਿਸੇ ਹੋਰ ਨੂੰ ਮਿਲਦੀ ਹੈ, ਤਾਂ ਵੀ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਜਿਹੜੀ ਉਹ ਜਿੱਤ ਪ੍ਰਾਪਤ ਕਰ ਸਕੇਗੀ? ਬਹੁਤ ਮੁਸ਼ਕਿਲ ਹੋ ਜਾਏਗੀ, ਬਹੁਤ ਮੁਸ਼ਕਿਲ ਹੋ ਜਾਏਗਾ ਜੀ। ਚੁਣਾਵ ਦੇ ਅਸੀਂ ਗੱਲ ਕਰ ਰਹੇ ਹਾਂ ਵਿਧਾਨ ਸਭਾ ਚੋਣਾਂ 'ਤੇ, ਗੁੱਡੀ ਕਿਹਦੀ ਅਸਮਾਨੀ ਚੜੇਗੀ, ਕਿਹੜੀ ਪਾਰਟੀ ਦੀ? ਕੋਈ ਫਿਲਹਾਲ ਤਾਂ ਪਹਿਲੇ ਟਿਕਟਾਂ ਲਾਉਂਸ ਹੋਣ, ਕਿਹਨੂੰ ਕਿਹਨੂੰ ਮਿਲਦੀ ਹੈ, ਉਹਦੇ ਬਾਅਦ ਹੀ ਫਿਰ ਡਿਸਾਈਡ ਹੋਏਗਾ ਕਿ ਕਿਹਦਾ ਕੀ ਮਾਹੌਲ ਬਣਦਾ। ਫਿਲਹਾਲ ਤਾਂ ਅਜੇ ਕੁਛ ਵੀ ਨਹੀਂ ਕਿਹਾ ਜਾ ਰਿਹਾ। ਪਿਛਲਾ ਟੈਨਿਓਰ ਦੇਖੀਏ ਤੇ ਉਸ ਤੋਂ ਪਿਛਲਾ ਟੈਨਿਓਰ ਦੇਖੀਏ, ਤੁਹਾਨੂੰ ਕੀ ਲੱਗਦਾ ਕਿ ਕਿਹੜੀ ਪਾਰਟੀ ਹੈ ਜਿਹਨੇ ਦੋਨਾਂ ਵਿੱਚੋਂ ਬੈਟਰ ਪਰਫਾਰਮੈਂਸ ਦੇ ਆਧਾਰ 'ਤੇ ਜੇ ਤੁਸੀਂ ਕਹਿਣਾ ਹੋਵੇ ਤਾਂ? ਦੇਖੋ, ਦੋਨਾਂ ਦੇ ਵਿੱਚੋਂ ਤੁਸੀਂ ਦੇਖਿਆ ਜਾਏ ਤਾਂ ਫਿਲਹਾਲ ਇਸ ਲਈ ਕਾਂਗਰਸ ਠੀਕ ਚੱਲ ਰਹੀ ਹੈ, ਵਿਧਾਇਕ ਅੱਛੇ ਕੰਮ ਕਰ ਰਹੇ ਆ। ਬਾਕੀ ਅੱਗੇ ਹੁਣ ਟਿਕਟ ਮਿਲਣ ਦੇ ਉੱਪਰ ਹੈ ਨਾ, ਕਿਹਨੂੰ ਮਿਲਦੀ ਹੈ। ਕੀ ਤੁਹਾਨੂੰ ਲੱਗਦਾ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮੁਕਾਬਲਾ ਜਿਹੜਾ ਆ ਉਹ ਦੋਨੋਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਬੀਜੇਪੀ ਦੇ ਵਿੱਚ ਹੋਵੇਗਾ ਜਾਂ ਤੀਸਰਾ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਉਹਨੂੰ ਮੌਕਾ ਦੇਵੇਗੀ ਜਨਤਾ? ਤੋ ਆਮ ਆਦਮੀ ਪਾਰਟੀ ਦੇਖੋ ਨੁਕਸਾਨ ਤਾਂ ਜ਼ਰੂਰ ਕਰੇਗੀ ਦੋਨਾਂ ਪਾਰਟੀਆਂ ਨੂੰ, ਬਾਕੀ ਮੌਕਾ ਹੈ ਦੇਖੋ ਹੁਣ ਪਬਲਿਕ ਆਮ ਆਦਮੀ ਪਾਰਟੀ ਦਾ ਇਸ ਪਾਸੇ ਇੰਨਾ ਹਜੇ ਨਹੀਂ ਹੈਗਾ, ਬਾਕੀ ਨੁਕਸਾਨ ਹੈ ਜ਼ਰੂਰ ਕਰੇਗੀ ਦੋਨਾਂ ਪਾਰਟੀਆਂ ਨੂੰ। ਅਤੇ ਤੁਹਾਨੂੰ ਲੱਗਦਾ ਕਿ ਸਿਰਫ ਨੁਕਸਾਨ ਪਾਰਟੀਆਂ ਨੂੰ ਹੀ ਹੋਵੇਗਾ? ਡਿਵੈਲਪਮੈਂਟ ਦੇ ਨਾਂ 'ਤੇ ਜੇ ਅਸੀਂ ਦੇਖੀਏ ਤਾਂ ਬੀਜੇਪੀ ਔਰ ਕਾਂਗਰਸ ਹੀ ਬਣਦੀਆਂ ਨੇ, ਅਤੇ ਕੋਈ ਜਨਤਾ ਨੂੰ ਕੋਈ ਨੁਕਸਾਨ ਹੈਗਾ ਇਹਦੇ ਵਿੱਚ? ਜਨਤਾ ਨੂੰ ਇਹਦੇ 'ਚ ਕੋਈ ਨੁਕਸਾਨ ਨਹੀਂ, ਜਨਤਾ ਨੂੰ ਇਹਦੇ 'ਚ ਕੋਈ ਨੁਕਸਾਨ ਨਹੀਂ ਹੋਣਾ। ਅਤੇ ਕੰਮਕਾਰ ਜਿਹੜੇ ਉਹ ਹੁੰਦੇ ਰਹਿਣਗੇ? ਕੰਮਕਾਰ ਤਾਂ ਚੱਲਦੇ ਰਹਿਣੇ, ਕੰਮਕਾਰ ਤਾਂ ਰੁਕਣੇ ਥੋੜ੍ਹੇ ਆ, ਕੋਈ ਵੀ ਪਾਰਟੀ ਆਏਗੀ ਕੰਮ ਤਾਂ ਉਹਨੇ ਕਰਵਾਉਣੇ ਕਰਵਾਉਣੇ ਆ, ਕੰਮ ਤਾਂ ਹੋਣੇ ਹੋਣੇ ਆ। ਪਿਛਲੇ ਟੈਨਿਓਰ ਦੇ ਕੋਈ ਦੋ ਕੰਮ ਤੁਸੀਂ ਗਿਣਾ ਸਕਦੇ ਹੋ ਕਿ ਜਿਹੜੇ ਕਰਵਾਏ ਹੋਣ? ਕਿੰਨੇ ਜਣੇ ਕੋ ਪਿਛਲੀ ਜਿਹੜੀ ਸਰਕਾਰ ਰਹੀ ਹੈ ਕਾਂਗਰਸ ਦੀ, ਜਿਹੜੇ ਵਿਧਾਇਕ ਨਿਵਰਤਮਾਨ ਵਿਧਾਇਕ ਰਹੇ ਨੇ ਉਹਨਾਂ ਨੇ ਕੋਈ ਐਸੇ ਦੋ ਕੰਮ ਜਿਹੜੇ ਤੁਹਾਨੂੰ ਲੱਗਦਾ ਕਿ ਪਠਾਨਕੋਟ ਦੇ ਕੋਈ ਇਲੈਕਸ਼ਨਾਂ ਦੇ ਦੌਰਾਨ ਜਿਸਲੇ ਹੁੰਦਾ ਉਸਲੇ ਕੰਮ ਜ਼ੋਰਾਂ ਸ਼ੋਰਾਂ ਨਾਲ ਹੁੰਦੇ ਆ, ਗਲੀਆਂ ਕੀ ਇਹ ਸਾਰਿਆਂ ਹਰ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲਦੇ ਆ, ਤੇ ਪਹਿਲੇ ਦੇਖੋ ਪਹਿਲੇ ਦੇਖਿਆ ਜਾਏ ਤਾਂ ਪਹਿਲੇ ਇੰਨਾ ਕੋਈ ਕੰਮ ਹੋਇਆ ਵੀ ਨਹੀਂ। ਅਸੀਂ ਪਿਛਲੇ 4.5 ਸਾਲ ਦੀ ਜੇ ਗੱਲ ਕਰੀਏ ਤਾਂ ਕੋਈ ਕੰਮ ਹੋਇਆ ਸੀ ਉਸ ਦੌਰਾਨ? ਇੰਨਾ ਕੋਈ ਕੰਮ ਸ਼ਾਮ ਤਾਂ ਹੋਏ ਨਹੀਂ ਇਲੈਕਸ਼ਨਾਂ ਦੇ ਦੌਰਾਨ ਹੀ, ਜਿਲ੍ਹੇ ਕੋਈ ਵੀ ਪਾਰਟੀ ਆਏ ਇਲੈਕਸ਼ਨਾਂ ਦੌਰਾਨ ਹੀ ਕੰਮ ਹੁੰਦੇ ਆ। ਅਤੇ ਗੁੱਡੀ ਬੋ ਹੋਵੇਗੀ ਜਾਂ ਗੁੱਡੀ ਚੜੇਗੀ ਕਾਂਗਰਸ? ਇਹ ਤਾਂ ਦੇਖੋ ਜੀ ਸੀਟ ਮਿਲਣ ਦੇ ਉੱਪਰ ਆ ਕਿ ਕਿਹਨੂੰ ਮਿਲਦੀ ਪਹਿਲੇ, ਇਹ ਟਿਕਟ ਮਿਲਣ ਦੇ ਉੱਪਰ। ਅਤੇ ਡੋਰ ਜਿਹੜੀ ਉਹ ਜਨਤਾ ਦੇ ਹੱਥ ਹੈ ਅਤੇ ਵੋਟ ਜਿਹੜਾ ਉਹ ਜਨਤਾ ਨੇ ਦੇਣਾ। ਰਾਗੀ ਹੋਮ ਡੈਕੋਰ, give your home, offices, interior and exterior walls, ceiling, furniture and door panel an elegant look. Expert in UV PVC wall, wallpapers, partition jali, wood flooring. आपकी काल्पनिक सोच को उतारे आकार में और आकार सवारे आपके घरों, दफ्तरों और किसी भी प्रकार के व्यवसायिक स्थलों को 100% इको फ्रेंडली, 100% मॉइस्चर प्रूफ, 100% टर्माइट प्रूफ, एक्सीलेंट वेदर एबिलिटी, साउंड रिड्यूसिंग, फायर रिटार्डेंट, रिसाइकलेबल एंड लाइटवेट जैसी खूबियों से भरी शीट्स, बेहतर व आधुनिक पसंद के लिए याद रखें रागी होम डेकोर, केयर ऑफ रागी डिस्ट्रीब्यूटर्स एंड प्रमोटर्स, वार्ड नंबर 11, नियर नोबेल्टी मॉल, ममून रोड, पठानकोट। कॉन्टेक्ट अस ऑन 9540066113।